ਫਿਰ ਤੋਂ ਐਕਟਿਵ ਹੋਇਆ ਕਾਲਾ ਕੱਛਾ ਗੈਂਗ, ਹਥਿਆਰਾਂ ਨਾਲ ਕਰਦੇ ਨੇ ਵਾਰਦਾਤਾਂ। ਸੀਸੀਟੀਵੀ ਕੈਮਰੇ ਦੇ ਵਿੱਚ ਗਿਰੋਹ ਹੋਇਆ ਕੈਦ। ਤਾਂ ਦੱਸ ਦਈਏ ਕਿ ਕਾਲੇ ਕੱਛੇ ਵਾਲੇ ਗੈਂਗ ਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਮਨ 'ਚ ਕਾਫੀ ਖੌਫ ਬਣਾਇਆ ਹੋਇਆ ਸੀ ਤੇ ਇਹਨਾਂ ਦੇ ਵੱਲੋਂ ਵੱਡੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਇਹ ਗਿਰੋਹ ਲੱਗਦਾ ਜਿਵੇਂ ਐਕਟਿਵ ਹੋ ਗਿਆ। ਤਿੰਨ ਅਣਜਾਣ ਸ਼ਖਸ ਜੋ ਕਿ ਕਾਲੇ ਕੱਛੇ ਪਾ ਕੇ ਹੱਥ ਦੇ ਵਿੱਚ ਹਥਿਆਰ ਫੜ ਕੇ ਜਾਂਦੇ ਵੇਖੇ ਗਏ ਨੇ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਤਾਂ ਦੱਸ ਦਈਏ ਕਿ ਮਾਮਲਾ ਦੀਨਾਨਗਰ ਤੋਂ ਸਾਹਮਣੇ ਆਇਆ, ਜਿੱਥੇ ਇਹ ਸ਼ਖਸ ਨੇ ਦੱਸਿਆ ਰਾਤ ਕਰੀਬ 1:32 ਤੇ ਤਿੰਨ ਸ਼ਖਸ ਜਿਨ੍ਹਾਂ ਦੇ ਮੂੰਹ ਟਕੇ ਹੋਏ ਸੀ ਤੇ ਇਹਨਾਂ ਤਿੰਨਾਂ ਦੇ ਕਾਲੇ ਕੱਛੇ ਪਾਏ ਹੋਏ ਸੀ। ਤਾਂ ਇਹ ਤਿੰਨੇ ਗਲੀ ਦੇ ਵਿੱਚ ਜਾ ਰਹੇ ਹੁੰਦੇ ਆ ਤਾਂ ਇਹਨਾਂ ਦੇ ਵੱਲੋਂ ਘਰ ਦੀ ਖਿੜਕੀ ਦੇ ਉੱਤੇ ਟੌਰਚ ਮਾਰੀ ਜਾਂਦੀ ਹੈ। ਤਾਂ ਜਦ ਇਹ ਦੇਖਦੇ ਨੇ ਤਾਂ ਮੌਕੇ ਤੇ ਰੋਲਾ ਪਾ ਦਿੰਦੇ ਨੇ, ਜਿਸ ਤੋਂ ਬਾਅਦ ਇਹ ਤਿੰਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਆ। ਤਾਂ ਸੀਸੀਟੀਵੀ ਦੇ ਵਿੱਚ ਜਦ ਦੇਖਿਆ ਗਿਆ ਤਾਂ ਤਿੰਨਾਂ ਦੇ ਕਾਲੇ ਕੱਛੇ ਪਾਏ ਹੋਏ ਸੀ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਫਿਰ ਪੁਲਿਸ ਨੂੰ ਇਸ ਸੰਬੰਧੀ ਸੂਚਨਾ ਵੀ ਦਿੱਤੀ ਗਈ ਆ। ਤਾਂ ਪੁਲਿਸ ਦੇ ਵੱਲੋਂ ਹੁਣ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਹਨਾਂ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦੇ ਕਿ ਇਹਨਾਂ ਤਿੰਨਾਂ ਅਣਜਾਣ ਬੰਦਿਆਂ ਦੇ ਕਾਲੇ ਕੱਛੇ ਪਾਏ ਹੋਏ ਸੀ ਤੇ ਇਹ ਹੱਥ ਦੇ ਵਿੱਚ ਹਥਿਆਰ ਫੜ ਕੇ ਵਾਰਦਾਤ ਕਰਨ ਆਏ। ਤਾਂ ਜਿਵੇਂ ਕੋਈ ਸ਼ਖਸ ਇਹਨਾਂ ਨੂੰ ਵੇਖਦਾ ਹੈ ਤਾਂ ਉਸਦੇ ਵੱਲੋਂ ਰੋਲਾ ਪਾ ਦਿੱਤਾ ਜਾਂਦਾ ਹੈ ਤੇ ਡਰ ਕੇ ਇਹ ਤਿੰਨੋਂ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਹੁਣ ਇਹਨਾਂ ਤਿੰਨਾਂ ਗਿਰੋਹ ਮੈਂਬਰਾਂ ਦੀ ਭਾਲ ਕਰ ਰਹੀ ਹੈ। ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾਗੜੀ ਰੋਡ 'ਤੇ, ਅਤੇ ਰਾਤ 1:30 ਨਾ ਤਿੰਨ ਜਿਹੜੇ ਸੰਦਿਗਧ ਲੋਕ ਜਿਹੜੇ ਉਹ ਦੇਖੇ ਗਏ ਆ, ਅਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਅਤੇ ਨਾਲ ਰਮਨ ਹੈ। ਇਹਨਾਂ ਦੇ ਬਾਹਰ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇ ਦੇ ਆ। ਇਹਨਾਂ ਦੇ ਸਵੇਰੇ ਮੋਬਾਈਲ ਵਿੱਚ ਨੋਟੀਫਿਕੇਸ਼ਨ ਆਈ ਹੈ ਅਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਅਤੇ ਉਹ ਜਦੋਂ ਵੀਡੀਓ ਦੇਖੀ ਤਾਂ ਉਹ 'ਚ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਹੈ ਔਰ ਗਲੀ ਵਿੱਚ ਉਹ ਆਏ ਆ ਅਤੇ 20-25 ਮਿੰਟ ਉਹ ਜਿਹੜੇ ਆ ਗਲੀ ਦੇ ਵਿੱਚ ਇੱਥੇ ਰਹੇ ਆ, ਉਸ ਤੋਂ ਬਾਅਦ ਉਹ ਜਿਹੜੇ ਆ ਵਾਪਸ ਚਲੇ ਗਏ ਆ। ਅਤੇ ਉਹ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਦਾ ਪੂਰਾ ਜਿਹੜੀ ਆ ਡਿਟੇਲ ਜਿਹੜੀ ਉਹਦੀ ਲਈ ਜਾਵੇ, ਵੀ ਇਹ ਕੌਣ ਲੋਕ ਏ, ਕਿਸ ਤਰ੍ਹਾਂ ਆਏ ਆ, ਚੋਰੀ ਦੇ ਮਕਸਦ ਨਾਲ ਆਏ ਆ ਜਾਂ ਡਕੈਤੀ ਦੇ ਮਕਸਦ ਨਾਲ ਆਏ ਆ, ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ, ਅਤੇ 2-3 ਦਿਨ ਪਹਿਲਾਂ ਦੁਸ਼ਹਿਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕਿ ਕੁਛ ਲੋਕ ਜਿਹੜੇ ਆ ਉੱਥੇ ਆਏ ਆ, ਅਤੇ ਇਸ ਤਰ੍ਹਾਂ ਸੰਦਿਗਧ ਲੋਕ ਜਿਹੜੇ ਆ ਪੂਰੇ ਸ਼ਹਿਰ 'ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਕਦੇ ਆ। ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਜਿਹੜਾ ਆ ਉਹਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਆ QRT ਟੀਮ ਦੀ, ਉਹ ਸਾਰੇ ਸ਼ਹਿਰ 'ਚ ਚੈਕਿੰਗ ਕਰੇ, ਨਾਕੇ ਬਕਾਇਦਾ ਲਾਏ, ਅਤੇ ਜਿਹੜੇ ਚੋਰਾਂ ਦੇ ਹੌਸਲੇ ਆ ਉਹ ਬੁਲੰਦ ਆ, ਅਤੇ ਜਿਹੜੀ ਆਮ ਜਨਤਾ ਆ ਉਹ ਪਰੇਸ਼ਾਨ ਆ। ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਅਤੇ ਜੇ ਬੰਦਾ ਸੋਮ ਨਾ ਸਕੇ ਚੈਨ ਨਾਲ, ਤਾਂ ਫਿਰ ਉਹਦਾ ਫਾਇਦਾ ਕੀ ਹੈ? ਮਾਹੌਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ, ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ, ਪਰਿਵਾਰ ਮਤਲਬ ਕਲੋਨੀ 'ਚ ਖੇਲਦੇ ਆ, ਅਤੇ ਡਰ ਪੂਰਾ ਜ਼ਿਆਦਾ ਫੈਲਿਆ ਹੋਇਆ ਤਾਂ ਪੂਰੀ ਕਲੋਨੀ ਦੇ ਵਿੱਚ, ਦੋਨੇ ਕਲੋਨੀਆਂ ਕੱਟੀਆਂ ਸਾਡੀਆਂ ਸ਼ੰਕਰ ਕਲੋਨੀਆਂ, ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਅਤੇ ਬਹੁਤ ਜ਼ਿਆਦਾ ਡਰੇ ਦੇ ਆ। ਹਾਂਜੀ ਹਾਂਜੀ, ਪੁਲਿਸ ਕੰਪਲੇਂਟ ਕਰ ਰਹੇ ਹਾਂ ਆਪਾਂ ਜਾ ਕੇ ਕਿ ਸਾਨੂੰ ਕਲੋਨੀ ਨੂੰ QRT ਟੀਮ ਦਾ ਕੋਈ ਫੇਰਾ ਫੂਰਾ ਮਰਾਇਆ ਜਾਏ, ਕੋਈ ਜਿਹੜੇ ਰਾਤ ਤਾਰਾਗੜੀ ਮੋੜ 'ਤੇ ਇੱਕ ਜਿਪਸੀ ਲਗਾਈ ਜਾਂਦੀ ਹੈ ਉਹਨਾਂ ਨੂੰ ਵੀ ਕਲੋਨੀ 'ਚ ਫੇਰਾ ਫੂਰਾ ਮਾਰਨਾ ਚਾਹੀਦਾ। ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ, ਅਤੇ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਸਾਡੀ ਕਲੋਨੀ ਦੀ ਅਤੇ ਬਾਕੀ ਲਾਗੇ ਛਾਗੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ। ਅਤੇ ਇਹੋ ਹੀ ਰਸਤਾ ਉਹ ਹੈਗਾ ਆ ਤਾਰਾਗੜ ਰੋਡ, ਜਿੱਥੋਂ ਅੱਤਵਾਦੀ ਵੀ ਪਿਛਲੇ ਟਾਈਮ 'ਤੇ ਆਏ ਸੀਗੇ, ਅਤੇ ਬਾਕੀ ਇਹ ਵੀ ਨਹੀਂ ਪਤਾ ਕੀ ਆ ਲੋਕ ਕਿਸ ਮਕਸਦ ਨਾਲ ਆਏ ਸੀ, ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੰਗਠਿਤ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ, ਬਾਕੀ ਇਹਦੀ ਪੂਰੀ ਤੋਂ ਪੂਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਸਰ, ਰਾਤ 2:02 'ਤੇ ਇੱਕ ਅਣਪਛਾਤਿਆ ਬੰਦਾ ਮੇਰੀ ਖਿੜਕੀ ਦੇ ਬਾਅਦ ਆਉਂਦਾ ਰੂਮ ਦੇ ਬਾਅਦ, ਅਤੇ ਟੋਰਚ ਮਾਰ ਰਿਹਾ ਸੀ ਉਹ, ਅਤੇ ਮੈਂ ਦੇਖ ਲਿਆ, ਮੈਂ ਉੱਠਿਆ ਹੋਇਆ ਸੀ ਉਸ ਵੇਲੇ,
ਤੇ ਮੈਂ ਦੇਖਿਆ ਤੇ ਉਹ ਰੋੜਾ ਰਾੜਾ ਪਾਇਆ ਵੀ ਚੋਰ ਆ ਗਿਆ ਤੇ ਉਹ ਬੰਦਾ ਭੱਜ ਗਿਆ ਜੀ। ਕੀ ਇਹ ਤੁਹਾਨੂੰ ਲੱਗਦਾ ਉਹੀ ਬੰਦੇ ਆ ਜਿਹੜੇ ਕਿ ਸੀਸੀਟੀਵੀ? ਹਾਂ ਸਰ ਉਹੀ ਬੰਦੇ ਨੇ, ਕਿਉਂਕਿ ਟਾਈਮਿੰਗ ਮੈਚ ਕਰ ਰਹੀ ਹੈ ਉਹਦੇ ਨਾਲ ਸੀਸੀਟੀਵੀ ਨਾਲ।